डेरा ठाकुर द्वारा पिंड भिखी जिला मानसा विखे भेख खट दर्शन साधु समाज महामंडल रजिस्टर्ड पंजाब वालों मीटिंग का आयोजन किया गया। इस मौके मत सतकर नाथ जी गुरमा समेत अनेक महापुरुष पुजे, जिन्हों का अस्थान के मौजूदा गद्दी नशीन मत हरवंस दास जी वालों भरवा स्वागत किया गया। समागम मौके मत कानदास जी सलाम, मत कृष्ण बलदेव जी रंगिया, मत भगवान दास जी पोतना, मत मकरदास जी मेला चौक, मत खुशी राम जी फरवाही, मत हरवंस दास जी राइया, मत सचकर नाथ जी गुरमा, मत गोपाल दास जी हथन, मत हरवंस दास जी भिखी ने कथा विचारा राही संगता निहाल किया। अज असी मंदर ठाकर द्वारा पिंड भिखी विखे जिला मानसा ਭੇਖ ਖੱਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਰਜਿਸਟਰਡ ਪੰਜਾਬ ਦੀ ਜੋ ਅੱਜ ਮਹੀਨਾ ਬਾਰ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਸਮੁੱਚਾ ਭੇਖ ਭਗਵਾਨ ਖੱਟ ਦਰਸ਼ਨ ਸਾਧੂ ਸਮਾਜ ਦੇ ਮੈਂਬਰ ਸਾਹਿਬਾਨ ਔਰ ਮਹੰਤ ਜਨ ਇੱਥੇ ਪਹੁੰਚੇ ਹਨ। ਸੋ ਭੇਖ ਭਗਵਾਨ ਦੇ ਵਿਸ਼ੇਸ਼ ਤੌਰ 'ਤੇ ਮਹਾਨ ਸਚਿਦਾਨੰਦ ਜੀ ਮਹਾਰਾਜ ਜੋ ਇਸ ਖੜ ਦਰਸ਼ਨ ਸਾਧੂ ਸਮਾਜ ਦੇ ਸਰਪ੍ਰਸਤ ਹਨ, ਸੋ ਅਤੇ ਉਹਨਾਂ ਦੇ ਉਹ ਵੀ ਪਹੁੰਚੇ ਹੋਏ ਹਨ ਅਤੇ ਸਮੁੱਚੇ ਭੇਖ ਦਾ ਹਰਬੰਸ ਦਾਸ ਜੀ ਵੱਲੋਂ ਧੰਨਵਾਦ। ਸਾਧੂ ਸੰਤ ਮਹਾਤਮਾ ਸੰਤ ਜਨ ਇਕੱਠੇ ਹੁੰਦੇ ਹੈ, ਭਗਵਾਨ ਦੇ ਨਾਮ ਦੀ ਚਰਚਾ ਹੁੰਦੀ ਹੈ, ਉਹਦੇ ਵਿਸ਼ੇ ਬਾਰੇ ਬੋਲਿਆ ਜਾਂਦਾ, ਕੁਝ ਸਿੱਖਿਆ ਜਾਂਦਾ, ਕੁਝ ਦੱਸਿਆ ਜਾਂਦਾ, ਕੋਈ ਸਮਝ 'ਚ ਬਿਠਾਉਂਦੇ ਵੀ ਪਰਮਾਤਮਾ ਕੀ ਹੈ, ਵਿਚਾਰ ਵਟਾਂਦਰਾ ਹੁੰਦਾ ਹੈ, ਉਹ ਸਥਾਨ ਬੈਕੁੰਠ ਦਾ ਰੂਪ ਧਾਰਨ ਕਰ ਲੈਂਦਾ ਹੈ। ਅੱਜ ਆ ਸਥਾਨ ਜਿੱਥੇ ਆਪਾਂ ਬਿਰਾਜਮਾਨ ਬੈਠੇ ਹਾਂ ਸਾਰੇ ਸੰਤ ਸੰਤ ਮਹਾਤਮਾ, ਅੱਜ ਇੱਕ ਬੈਕੁੰਠ ਦਾ ਰੂਪ ਬਣਿਆ ਹੋਇਆ ਹੈ, ਜਿੱਥੇ ਸਾਡੇ ਮੁੱਖ ਸਰਪ੍ਰਸਤ ਸੰਤ ਸਵਾਮੀ ਸਚਾਨੰਦ ਜੀ ਗੁਰਮ, ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ ਹਰ ਰੋਜ਼ ਹਰ ਮੀਟਿੰਗ ਦੇ ਉੱਤੇ ਅਸੀਂ ਕਥਾ ਵਿਚਾਰ ਸਾਗਰ ਗ੍ਰੰਥ ਦੀ ਸੁਣਦੇ ਹਾਂ, ਸਮਝਦੇ ਹਾਂ। ਅੱਜ ਦਾ ਜੋ ਟਾਈਮ ਹੈ ਬਹੁਤ ਹੀ ਭਾਗਾਂ ਵਾਲਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਮਹੰਤ ਹਰਬੰਸ ਦਾਸ ਜੀ ਮਹਾਰਾਜ ਇਹਨਾਂ ਦੇ ਅਸਥਾਨਾਂ 'ਤੇ ਹਰ ਮਹੀਨੇ ਦੀ ਤਰ੍ਹਾਂ ਜੋ ਮੀਟਿੰਗ ਹੁੰਦੀ ਹੈ, ਅੱਜ ਦਾ ਜੋ ਸਮਾਂ ਇਹਨਾਂ ਨੂੰ ਪ੍ਰਾਪਤ ਹੋਇਆ ਹੈ, ਜਿੱਥੇ ਵੈਸ਼ਨ ਸੰਤ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨਸਹਿ ਸਭ ਮੰਦਾ। ਸਾਡੇ ਮਗਰਦਾਸ ਜੀ ਮਹਾਰਾਜ ਜੀ ਬਹੁਤ ਕੁਛ ਕਹਿ ਗਏ, ਸਮੇਂ ਦੇ ਮੁਤਾਬਕ ਕਹਿਣਾ ਵੀ ਚਾਹੀਦਾ ਸੀ। ਜੇ ਕੋਈ ਸਾਡੇ ਸਾਹਮਣੇ ਗੱਲਾਂ ਆਉਂਦੀਆਂ ਨੇ ਤਾਂ ਸਾਨੂੰ ਕਹਿ ਦੇਣੀਆਂ ਚਾਹੀਦੀਆਂ ਨੇ। ਜਿਹੜੇ ਧਰਮ ਬਣਾਏ ਗਏ ਨੇ ਜਾਂ ਇਹ ਅਸਥਾਨ ਬਣਾਏ ਗਏ ਨੇ, ਸਭ ਤੋਂ ਵੱਡੀ ਗੱਲ ਅਸਥਾਨਾਂ 'ਤੇ ਆਉਂਦੀ ਹੈ। ਜੇ ਅਸਥਾਨ ਬਣੇ ਨੇ ਤਾਂ ਧਰਮ ਨਾਲ ਰਿਲੇਟਡ ਹੋ ਕੇ ਹੀ ਬਣੇ ਨੇ, ਚਾਹੇ ਉਹ ਉਦਾਸੀ ਸੰਪਰਦਾਇ ਦਾ, ਚਾਹੇ ਉਹ ਵਿਰਾਗੀਆਂ ਦਾ, ਚਾਹੇ ਅੱਜ ਸਾਡੇ ਬ੍ਰਾਹਮਣ ਜਨ ਬੈਠੇ ਨੇ ਉਹਨਾਂ ਅਸਥਾਨਾਂ ਦੇ ਉੱਤੇ, ਚਾਹੋ ਖੁਦ ਉਹ ਕਾਸਟਾਂ ਬੈਠੀਆਂ ਨੇ ਜਿਨ੍ਹਾਂ ਦੇ ਅਸਥਾਨ ਹੈਗੇ ਨੇ। ਜੋ ਸਾਨੂੰ ਸਿੱਖਿਆ ਦਿੱਤੀ, ਜੋ ਖੱਟ ਦਰਸ਼ਨ ਭੇਖ ਬਣਾਇਆ, ਪੰਥ ਸਾਡਾ ਮੈਂ ਕਹਿੰਦਾ ਜੁਗ ਜੁਗ ਜੀਵੇ, ਸਦਾ ਜੀਵੇ, ਮੈਂ ਮਰਾਂ ਪੰਥ ਜੀਵੇ, ਉਹ ਗੱਲ ਹੈ। ਅਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਇਹ ਪੰਥ ਸਾਡਾ ਨਾ ਹੋਰ ਵੀ ਉਜਵਲ ਹੋਵੇ। ਵੈਸੇ ਸ਼ਾਸਤਰ ਨੇ ਗਿਣ ਕੇ 10 ਰੂਪ ਦੱਸੇ ਨੇ ਧਰਮ ਦੇ, ਖਿਮਾ ਹਿੰਸਾ ਦਿਆ ਮਿਰਦੂ ਸਤ ਬਚਨ ਤਪਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਰੂਪ ਦੱਸ ਜਾਣ। 10 ਰੂਪਾਂ 'ਚ ਧਰਮ ਦੀ ਵਿਆਖਿਆ ਕੀਤੀ ਹੈ। ਵੈਸੇ ਧਰਮ ਸੱਤ ਦਾ ਨਾਮ ਹੈ,
सतनाम ही परमात्मा का सतनाम ही धर्म है। समुचे भेख खट दर्शन साधु समाज वालों मत हरवसदास जी का विशेष तौर ते सन्मान भी किया गया। सन्मान मौके मत निकूदास जी खड़ियाली, मत तुलसीदास जी महला चौक, पंडित केवल कृष्ण जी हंडियाया, मत रूपदास जी राइया, मत महदास जी गुरमा भी हाजिर सन। पूजे महापुरशा लई भंडारा अटुट वरताया गया, संता महापुरशा ने भंडारा पंगत विच बैठ के छकिया।